ਮਨਾਉਣ ਦਾ ਇੱਕ ਸਭ ਤੋਂ ਵੱਡਾ ਜੋ ਮਕਸਦ ਹੈ ਉਹ ਇਹ ਹੈ ਆਪਣੇ ਪਿਤਾ ਦੇ ਆਪਣੇ ਗੁਰੂ ਦੇ ਪਾਏ ਪੂਰਨਿਆਂ ਨੂੰ ਸਮਝਣਾ ਅਤੇ ਆਪਣੀ ਜ਼ਿੰਦਗੀ ਦੀ ਘੜਤ ਨੂੰ ਉਹਨਾਂ ਪੂਰਨਿਆਂ ਦੇ ਮੁਤਾਬਕ ਘੜਨਾ। ਪਹਿਲੀ ਗੱਲ ਕਿ ਜੇ ਪੂਰਨੇ ਸਮਝ ਆਏ ਹਨ, ਜੇ ਉਹ ਗੁਰ ਸਮਝ ਆਇਆ ਹੈ ਤਾਂ ਜ਼ਿੰਦਗੀ ਘੜੀ ਜਾ ਸਕਦੀ ਹੈ। ਜੇ ਕਦੀ ਉਹਦੀ ਸ਼ਖਸੀਅਤ ਅਤੇ ਉਹਦੇ ਗੁਣ ਉਹਦੇ ਪੂਰਨੇ ਹੀ ਸਮਝ ਨਹੀਂ ਆਏ ਤਾਂ ਘੜ ਤਾਂ ਭੁੱਲੀ ਜਾਈਏ। ਕਹਾਣੀਆਂ ਅਸੀਂ ਬਹੁਤ ਸੁਣਨਾ ਪਸੰਦ ਕਰਦੇ ਹਾਂ, ਮਾਫ਼ ਕਰਨਾ, ਕਿੱਥੇ ਪੈਦਾ ਹੋਏ, ਕੌਣ ਬਾਲ ਸੀਗੇ, ਕਿੰਨੇ ਸ਼ਹੀਦ ਹੋਏ, ਦੈਟਸ ਫਾਈਨ, ਦੈਟਸ ਇੰਪੋਰਟੈਂਟ ਟੂ, ਬਟ ਮੋਸਟ ਇੰਪੋਰਟੈਂਟ ਫੋਰ ਅ ਸਿੱਖ ਇਜ਼ ਵਟ ਹੈਵ ਆਈ ਡਨ ਦੈਟ ਸਮਬਡੀ ਅੰਡਰਸਟੈਂਡਸ ਫਰੋਮ ਮਾਈ ਪਰਸਨੈਲਿਟੀ ਵੀ ਆਹ ਬੰਦਾ ਜਾਂ ਆਹ ਬੀਬੀ ਜੋ ਹੈ ਇਹ ਗੁਰੂ ਦਾ ਸਿੱਖ ਹੈ। ਮੇਰੀ ਸਿਰਫ ਆਪ ਜੀ ਨਾਲ ਚੰਦ ਮਿੰਟਾਂ ਦੀ ਮੁਲਾਕਾਤ ਹੈ, ਪਰ ਬਹੁਤ ਭਾਗਵਾਨ ਸਮਝ ਲਈ ਆਪਣੇ ਆਪ ਨੂੰ ਕਿ ਅਮੈਰੀਕਾ ਦੇ ਕਹੇ ਜਾਂਦੇ ਪੰਜਾਬ ਦੇ ਵਿੱਚ ਅੱਜ ਆਪ ਜੀ ਸੰਗਤਾਂ ਦੇ ਨਾਲ ਸਤਿਗੁਰੂ ਜੀ ਨੇ ਵਾਸਤਾ ਪਵਾਇਆ ਅਤੇ ਆਪਣੀ ਵਡਿਆਈ ਕਰਨ ਦੀ ਥੋੜ੍ਹੀ ਜਿਹੀ ਹਿੰਮਤ ਅਤੇ ਤਾਕਤ ਬਖਸ਼ੀ ਹੈ। ਸਤਿਗੁਰੂ ਜੀ ਦੇ ਅਜ਼ੀਜ਼ ਰਹਿ ਚੁੱਕੇ ਭਾਈ ਨੰਦ ਲਾਲ ਜੀ, ਆਪ ਜੀ ਨੇ ਉਹਨਾਂ ਦਾ ਨਾਮ ਕਾਫੀ ਵਾਰ ਸੁਣਿਆ ਹੋਵੇਗਾ, ਅਤੇ ਉਹਨਾਂ ਨੇ ਉਹਨਾਂ ਦੇ ਰੂਬਰੂ ਰਹਿ ਕੇ ਉਹਨਾਂ ਨੇ ਬਹੁਤ ਕੁਝ ਬੜੀਆਂ ਨਜ਼ਮਾਂ ਬੜੀਆਂ ਕਵਿਤਾਵਾਂ ਉਚਾਰਨ ਕੀਤੀਆਂ ਨੇ ਜਿਹੜੀਆਂ ਇੱਕ ਜ਼ਿੰਦਗੀ ਨਾਮਾ ਇੱਕ ਬੰਦਗੀ ਨਾਮਾ। ਵੈਸੇ ਸਿੱਖ ਦੀ ਸਭ ਤੋਂ ਵੱਡੀ ਪਛਾਣ ਹੈ ਕਿ ਉਹਦਾ ਤਾਂ ਉਮਰ ਉਹਦੀ ਸਿਖਲਾਈ ਨਹੀਂ ਹੁੰਦੀ, ਸਭ ਕੁਝ ਸਮਝਦਿਆਂ ਹੋਇਆਂ ਵੀ ਅਨਾੜ, ਤਾਣ ਹੁੰਦਿਆਂ ਵੀ ਨਿਤਾਣ, ਮਾਣ ਹੁੰਦਿਆਂ ਵੀ ਨਿਮਾਣਾ ਬਣ ਕੇ ਰਹਿੰਦਾ ਹੈ, ਇਹ ਸਿੱਖ ਦੀ ਪਛਾਣ ਹੈ। ਅਤੇ ਜਿਹੜਾ ਸਿੱਖ ਦਾਅਵੇ ਦਾ ਬਣ ਜਾਏ, ਹੁਣ ਅਸੀਂ ਦਾਅਵਿਆਂ ਦੇ ਸਿੱਖ ਜ਼ਿਆਦਾ ਰਹਿ ਗਏ, ਜੇ ਅਸੀਂ ਕਕਾਰ ਧਾਰਨ ਕਰ ਲਏ ਸਾਨੂੰ ਉਹਦਾ ਵੀ ਮਾਣ ਚੜ੍ਹ ਜਾਂਦਾ ਹੈ, ਜੇ ਅਸੀਂ ਥੋੜ੍ਹਾ ਜਿਹਾ ਪੜ੍ਹ ਗਏ ਸਾਨੂੰ ਉਹਦਾ ਵੀ ਮਾਣ ਚੜ੍ਹ ਜਾਂਦਾ, ਪਰ ਫਿਰ ਵਡਿਆਈ ਖਤਮ ਹੋ ਜਾਂਦੀ। ਇਸ ਕਰਕੇ ਸਿੱਖ ਨੂੰ ਹਮੇਸ਼ਾ ਹੀ, ਕਿਉਂਕਿ ਇਹ ਜੋ ਸਾਡੇ ਕਕਾਰ ਹਨ ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਅਤੇ ਉਹਦੀਆਂ ਸਾਨੂੰ ਬਖਸ਼ੀਆਂ ਹੋਈਆਂ ਸਾਡੀ ਗਿਫਟਸ ਨੇ, ਉਹਦੇ ਵੱਲੋਂ ਬਖਸ਼ੇ ਹੋਏ ਸਾਨੂੰ ਗਹਿਣੇ ਹਨ। ਅਤੇ ਕੋਈ ਵੀ, ਕਿਉਂਕਿ ਸਿੱਖੀ ਜੋ ਹੈ ਇਹ ਇੱਕ ਪਿਆਰ ਦੀ ਕਲਾ ਹੈ, ਪਿਆਰ ਨੂੰ ਨਿਭਾਉਣਾ ਸਭ ਤੋਂ ਵੱਡੀ ਉਹਦੀ ਨਿਸ਼ਾਨੀ ਹੈ ਕਿ ਅਗਲੇ ਦੀਆਂ ਬਖਸ਼ੀਆਂ ਨਿਸ਼ਾਨੀਆਂ ਨੂੰ ਪਿਆਰੇ ਮਹਿਬੂਬ ਦੇ ਬਖਸ਼ੇ ਹੋਏ ਜੋ ਸਾਨੂੰ ਨਿੱਕੇ ਨਿੱਕੇ ਇਹ ਗਿਫਟ ਹਨ, ਇਹ ਨਿੱਕੇ ਨਿਆਂ ਲੱਗਦੇ ਹਨ, ਲੇਕਿਨ ਫਿਰ ਤਾਂ ਸਾਨੂੰ ਸਿੰਬਲ ਕਹਿਣ ਲੱਗ ਗਏ ਹਨ, ਚਿੰਨ੍ਹ, ਇਹ ਨਾ ਕੋਈ ਚਿੰਨ੍ਹ ਹੈ ਨਾ ਸਿੰਬਲ ਹੈ, ਇਹ ਪਿਆਰੇ ਦੇ ਬਖਸ਼ੇ ਹੋਏ ਸਾਨੂੰ ਗਿਫਟਸ ਹਨ, ਉਪਹਾਰ ਹਨ, ਤੋਹਫੇ ਹਨ। ਕਕਾਰ ਭਗਤੀ ਹੀ ਗੁਰਭਗਤੀ ਹੈ, ਗੁਰਭਗਤੀ ਹੀ ਸ਼ਹਾਦਤ ਵੱਲ ਲੈ ਕੇ ਜਾਂਦੀ ਹੈ। ਜੇ ਅਸੀਂ ਇਹ ਦੋ ਗੁਣ ਨਹੀਂ ਸਿੱਖੇ ਤਾਂ ਅਸੀਂ ਸ਼ਹਾਦਤ ਦਾ ਗੁਣ ਵੀ ਕਦੀ ਸਮਝ ਨਹੀਂ ਸਕਦੇ। ਸ਼ਹਾਦਤ ਦਾ ਮਤਲਬ ਹੈ, ਹੁਣ ਤਾਂ ਹਿੰਦੁਸਤਾਨ 'ਚ ਹਰ ਕੋਈ ਉੱਥੇ ਕਿਤੇ ਵੀ ਬਾਰਡਰ 'ਤੇ ਜਿਹੜਾ ਚਲਾ ਜਾਂਦਾ ਇੱਕ ਪੇਡ ਇੰਪਲੋਈ ਉਹ ਵੀ ਸ਼ਹੀਦ ਕਿਹਾ ਜਾਂਦਾ, ਲੇਕਿਨ ਇਹ ਸ਼ਬਦ ਮਹਾਰਾਜ ਨੇ ਸਾਨੂੰ ਉਹਨਾਂ ਮਰਜੀਵੜਿਆਂ ਲਈ ਬਖਸ਼ਿਆ ਜਿਹੜੇ ਇਸ ਗੁਣ ਦੀ ਤਾਂ ਉਮਰ ਇਸ ਦੇ ਉੱਤੇ ਪਹਿਰਾ ਦਿੰਦੇ ਨੇ, ਇਹਦੀ ਹਾਮੀ ਭਰਦਾ। ਜਦੋਂ ਕਿ ਸ਼ਹੀਦ ਉਹ ਹੈ ਜਿਸ ਨੂੰ ਬਚਣ ਦੇ ਜ਼ਿੰਦਗੀ ਦਾ ਪੂਰਾ ਪੂਰਾ ਉਹਨੂੰ ਮੌਕਾ ਦਿੱਤਾ ਜਾਂਦਾ, ਪਰ ਉਹ ਆਪਣੇ ਰਸੂਲਾਂ ਨੂੰ ਕਦੀ ਨਹੀਂ ਛੱਡਦਾ। ਅਤੇ ਅਸੀਂ ਭਾਈ ਨੰਦ ਲਾਲ ਜੀ ਦੀ ਗੱਲ ਕਰ ਰਹੇ ਸਨ ਜਿਨ੍ਹਾਂ ਨੇ ਸਾਹਿਬ ਨੂੰ ਦੇਖਿਆ, ਉਹ ਲਿਖਦੇ ਨੇ ਦੀਨ ਦੁਨੀਆ ਦਰਕ ਮੰਦੇ ਆਮ ਬਲੀ ਰੁਖ ਸਾਰੇ ਮਾਂ, ਦੀਨ ਦੁਨੀਆ ਦਰਕ ਮੰਦੇ ਆਮ ਬਲੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੋਏ ਤਾਰੇ ਮਾਂ ਯਾਰੇ ਮਾਂ। ਇਹਦਾ ਮਤਲਬ ਕਿ ਮਹਾਰਾਜ ਸਿਰ ਨਹਾ ਕੇ ਬੈਠੇ ਹੋਏ ਸੀ, ਕੇਸਾਂ ਨੂੰ ਦੇਖਿਆ ਵਿੱਚੋਂ ਰਿਸ਼ਮਾਂ ਲੰਘ ਰਹੀਆਂ ਨੇ, ਕਹਿੰਦੇ ਤੇਰੀ ਐਸੀ ਸੂਰਤ 'ਤੇ ਮੈਂ ਦੋ ਜਹਾਨ ਵੀ ਵਾਰ ਦੇਵਾਂ। ਦੂਸਰੇ ਜੋ ਸਾਡੇ
ਬਹੁਤ ਅਜ਼ੀਜ਼ ਅੱਲਾ ਯਾਰ ਖਾਂ ਜੋੜੀ, ਸ਼ਾਇਦ ਆਪ ਜੀ ਨੂੰ ਬਹੁਤਿਆਂ ਨੂੰ ਉਹਨਾਂ ਦਾ ਨਾਮ ਪਤਾ ਹੋਵੇ, ਉਹ ਮੁਸਲਮਾਨ ਸਨ। ਲੇਕਿਨ ਮੈਨੂੰ ਲੱਗਦਾ ਕੋਈ ਸ਼ਰੀਰ ਜਾਂ ਕੋਈ ਜ਼ਾਤ ਸਿੱਖ ਨਹੀਂ ਹੁੰਦੀ, ਸੁਰਤ ਸਿੱਖ ਹੁੰਦੀ ਹੈ। ਅਤੇ ਨਾ ਹੀ ਕੋਈ ਸ਼ਰੀਰ ਕਦੇ ਸਿੱਖ ਸੀ, ਸਿਰਫ ਅਤੇ ਸਿਰਫ ਸ਼ਬਦ ਗੁਰੂ ਸੀ। ਅਤੇ ਸ਼ਬਦ ਗੁਰੂ ਦਾ ਚੇਲਾ ਸਿਰਫ ਸੁਰਤ ਹੋ ਸਕਦੀ ਹੈ, ਕਿਉਂਕਿ ਜਦੋਂ ਪਹਿਲੇ ਜਾਮੇ ਚ ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ ਸੀ ਤੇਰਾ ਗਵਣ ਗੁਰੂ ਕਿਸਕਾ ਗੁਰੂ ਚੇਲਾ, ਤੇ ਸਾਹਿਬ ਨੇ ਜਵਾਬ ਦਿੱਤਾ ਸ਼ਬਦ ਗੁਰੂ ਸੁਰਤ ਤੋਂ ਚੇਲਾ। ਅਸੀਂ ਆਪਣੀ ਸੁਰਤ ਨੂੰ ਪਰਖਣਾ ਕਿ ਮੇਰੇ ਥੋੜ੍ਹੇ ਜਿਹੇ ਸਵਾਲ ਜਵਾਬ ਜਿਹਦੇ ਨਾਲ ਹਨ, ਉਹ ਵੀ ਬਸ ਇਸੇ ਮੁੱਦੇ 'ਤੇ ਹਨ। ਆਪ ਜੀ ਨੇ ਬਹੁਤ ਕੁਝ ਸੁਣਿਆ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ ਅਤੇ ਸਤਿਗੁਰੂ ਦੀਆਂ ਵਡਿਆਈਆਂ ਦੇ ਬਾਰੇ, ਪਰ ਅਸੀਂ ਅੱਜ ਆਪਣਾ ਸੈਲਫ ਅਨੈਲਿਸਿਸ ਵੀ ਜ਼ਰੂਰ ਕਰਨਾ ਹੈ। ਅੱਲਾ ਯਾਰ ਖਾਂ ਜੋਗੀ ਮੁਸਲਮਾਨ ਸਨ। 1910 ਅਤੇ 1911 'ਚ ਉਹ ਪਹਿਲਾਂ ਮਸੀਹੇ ਲਿਖਦੇ ਸਨ, ਬਹੁਤ ਚੋਟੀ ਦੇ ਕਵੀ ਹੋਏ ਹਨ। ਅਤੇ ਉਹਨਾਂ ਨੇ ਫਿਰ ਜਦੋਂ ਮਹਾਰਾਜ ਦੇ ਬਾਰੇ, ਸਾਹਿਬਜ਼ਾਦਿਆਂ ਦੇ ਬਾਰੇ ਸੁਣਿਆ, ਕਹਿੰਦੇ ਵੀ ਲਾ ਮਿਸਾਲ ਹੈ, ਇਹਦੀ ਕੋਈ ਮਿਸਾਲ ਇਸ ਦੁਨੀਆਂ ਦੇ ਅੰਦਰ ਨਹੀਂ। ਅਤੇ ਉਹ ਕਹਿ ਉੱਠੇ ਸਨ, ਇਨਸਾਫ ਕਰੇ ਜੀਵੇ ਜ਼ਮਾਨਾ ਤੋ ਯਕੀ ਹੈ, ਇਨਸਾਫ ਕਰੇ ਜੀਵੇ ਜ਼ਮਾਨਾ ਤੋ ਯਕੀ ਹੈ, ਕਹਦੇ ਗੁਰੂ ਗੋਬਿੰਦ ਕਸਾਨੀ ਹੀ ਨਹੀਂ ਹੈ, ਕਹਦੇ ਗੁਰੂ ਗੋਬਿੰਦ ਕਸਾਨੀ ਹੀ ਨਹੀਂ ਹੈ, ਯੇ ਪਿਆਰ ਮੁਰੀਦੋ ਸੇ, ਯੇ ਪਿਆਰ ਮੁਰੀਦੋ ਸੇ, ਯੇ ਸ਼ਫਕਤ ਵੀ ਕਹੀ ਹੈ, ਯੇ ਸ਼ਫਕਤ ਵੀ ਕਹੀ ਹੈ, ਭਗਤੀ ਮੇਂ ਗੁਰੂ ਅਰਸ਼ ਸੰਸਾਰ ਜ਼ਮੀ ਹੈ, ਭਗਤੀ ਮੇਂ ਗੁਰੂ ਅਰਸ਼ ਸੰਸਾਰ ਜ਼ਮੀ ਹੈ, ਉਲਫਤ ਕੇ ਯੇ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ, ਹੈ ਦੇਖਣਾ ਤੋ ਇੱਕ ਬਾਤ ਸੁਨੇ ਵੀ ਨਹੀਂ ਹਮਨੇ, ਹੈ ਦੇਖਣਾ ਤੋ ਇੱਕ ਬਾਤ ਸੁਨੇ ਵੀ ਨਹੀਂ ਹਮਨੇ। ਫਿਰ ਕਿਆ ਹੁੰਦੇ ਹਨ, ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ, ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ, ਮੇਰੀ ਤਾਕਤ ਮੇਰੀ ਕਲਮ 'ਚ ਕਿੱਥੇ ਹੈ, ਵਸਫ ਦਾ ਮਤਲਬ ਸਤਿਗੁਰ ਦੀਆਂ ਵਡਿਆਈਆਂ ਮੈਂ ਲਿਖ ਸਕਾਂ। ਇੱਕ ਆਂਖ ਸੇ ਬੁਲਬੁਲਾ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਕੁਲ ਬਹਿਰ ਦਾ ਮਤਲਬ ਸਮੁੰਦਰ। ਸਤਿਗੁਰੂ ਗੋਬਿੰਦ ਸਿੰਘ ਤੂੰ ਇੱਕ ਸਮੁੰਦਰ ਹੈ, ਤੇ ਮੈਂ ਆਪਣੀ ਇੱਕ ਅੱਖ ਦੇ ਨਾਲ ਇਸ ਸਾਰੇ ਸਮੁੰਦਰ ਨੂੰ ਕਿਵੇਂ ਦੇਖ ਸਕਦਾ ਹਾਂ, ਸਾਹਿਲ ਕੋ ਜਾਂ ਮੰਜਧਾਰ ਕੋ ਜਾਂ ਲਹਿਰ ਕੋ ਦੇਖੇ, ਮੈਂ ਤੇਰੇ ਵੱਖ ਵੱਖ ਰੂਪਾਂ ਨੂੰ, ਮੈਂ ਤੇਰੇ ਵੱਖ ਵੱਖ ਤੇਰੀਆਂ ਵਡਿਆਈਆਂ ਨੂੰ ਬਿਆਨ ਨਹੀਂ ਕਰ ਸਕਦਾ। ਇਸ ਕਲਾਮ ਵਿੱਚ ਪੇਸ਼ ਕੀਤੇ ਹੋਏ ਜਜ਼ਬਾਤ, ਅਕੀਦਤ, ਮੁਹੱਬਤ, ਉਸ ਦਾ ਦਰਦ, ਵੈਰਾਗ ਤੇ ਰੂਹਾਨੀਅਤ, ਉਸਦੇ ਪੰਥ ਪਿਆਰ ਨੂੰ ਅਸੀਂ ਆਪਣੀ ਰੂਹ ਦੀਆਂ ਡੂੰਘਾਈਆਂ ਤੋਂ ਤੇ ਉਸਦੀ ਮੁਹੱਬਤ ਨੂੰ ਸੀਨੇ ਵਿੱਚ ਵਸਾ ਕੇ ਲੈ ਕੇ ਜਾਣਾ। ਜਿਸ ਦੇ ਸਾਹਿਬਜ਼ਾਦੇ ਛੋਟੇ ਛੋਟੇ 5 ਤੇ 7 ਸਾਲ, ਅੱਜ ਤਾਂ ਅਸੀਂ 40-50 ਸਾਲ ਤੱਕ ਹੋ ਕੇ ਵੀ ਕੋਈ ਸਾਨੂੰ ਅੰਮ੍ਰਿਤ, ਵੈਸੇ ਉਹਨੂੰ ਖੰਡੇ ਕੀ ਪਾਹੁਲ ਕਹਿੰਦੇ ਨੇ, ਖੰਡੇ ਕੀ ਪਾਹੁਲ ਲੈਣ ਤੋਂ ਬਾਅਦ ਜੀਵਨ ਅੰਮ੍ਰਿਤਮਈ ਬਣਦਾ ਹੈ। ਅੰਮ੍ਰਿਤ ਦੇ ਪਿਆਲੇ ਅਸੀਂ ਰੋਜ਼ ਬੁੱਕ ਬੁੱਕ ਪੀਂਦੇ ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹ ਕੇ ਤੇ ਗੁਰਬਾਣੀ ਵਰਗਾ ਜੀਵਨ ਬਣਾ ਲੈਂਦੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਅਸੀਂ ਬਣਨਾ ਹੈ। ਗੁਰਬਾਣੀ ਦੇ ਲਈ ਪੜ੍ਹਨ ਲਈ, ਗਾਉਣ ਲਈ, ਅੱਖਾਂ ਮੀਟਣ ਲਈ ਨਹੀਂ ਦਿੱਤੀ ਹੋਈ, ਮਾਫ ਕਰਨਾ, ਕਿਉਂਕਿ
ਸਾਨੂੰ ਭਾਈ ਗੁਰਦਾਸ ਜੀ ਕਹਿ ਗਏ ਨੇ, ਪੜ੍ਹੇ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਉ ਨਾ ਕਮਾਈਏ। ਜਦੋਂ ਤੱਕ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ 'ਚ ਵਸਾ ਕੇ ਜੀਵਨ ਦੇ ਵਿੱਚ ਕਮਾ ਨਹੀਂ ਲੈਂਦੇ, ਉਹਨੇ ਤੱਕ ਸਾਡੀ ਗੱਲ ਨਹੀਂ ਬਣਨੀ। ਸਾਹਿਬਜ਼ਾਦਿਆਂ ਨੇ ਕਮਾ ਲਿਆ ਸੀ 5 ਸਾਲ ਤੇ 7 ਸਾਲ ਦੀ ਉਮਰੇ, ਅਤੇ ਉਹ ਕੀ ਕਹਿੰਦੇ ਨੇ, ਹਮ ਜਾਣਦੇ ਕਿ ਔਰੋਂ ਕੀ ਜਾਣੇ ਬਚਾ ਚਲੇ, ਹਮ ਜਾਣਦੇ ਕਿ ਔਰੋਂ ਕੀ ਜਾਣੇ ਬਚਾ ਚਲੇ, ਸਿੱਖੀ ਕੀ ਨੀਂਦ ਕੋ ਹੈ ਸਰੋਂ ਪੇ ਉਠਾ ਚਲੇ, ਸਿੱਖੀ ਕੀ ਨੀਂਦ ਕੋ ਹੈ ਸਰੋਂ ਪੇ ਉਠਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ, ਗੱਦੀ ਸਿੱਤਾ ਜੋ ਤਖ ਅਬ ਕੌਮ ਪਾਏਗੀ, ਗੱਦੀ ਸਿੱਤਾ ਜੋ ਤਖ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਨ ਤਕ ਮਿਟਾਏਗੀ। ਸਾਡੇ ਹਿਰਦੇ ਚ ਕੀ ਐਸੇ ਵਰਗਲੇ ਉੱਠਦੇ ਨੇ? ਅੱਜ ਇਹ ਕੁਝ ਸਵਾਲ ਨੇ, ਉਹ ਸਵਾਲ ਮੇਰੀ ਸਮਾਪਤੀ ਹੈ। ਸਭ ਤੋਂ ਪਹਿਲਾ ਸਵਾਲ ਜੋ ਅਸੀਂ ਸਭ ਨੇ, ਇਹ ਕੋਈ ਮੈਂ ਕਿਸੇ ਨੂੰ ਟਾਰਗੇਟ ਕਰਨ ਲਈ ਨਹੀਂ, ਮੈਂ ਆਪਣੇ ਆਪ ਨੂੰ ਵੀ ਉਹੀ ਸਵਾਲ ਨੇ, ਇਹ ਮੇਰੇ ਸਤਿਗੁਰ ਦਾ ਪਰਿਵਾਰ ਹੈ ਤੇ ਸਾਡੇ ਸਭ ਦੇ ਸਾਂਝੇ ਸਵਾਲ ਨੇ। ਅਸੀਂ ਸੈਲਫ ਅਨੈਲਿਸਿਸ ਵਿੱਚ ਜਾਣਾ ਹੈ। ਇੱਕ ਮੇਰੀ ਆਪ ਜੀ ਨੂੰ ਪੁਰਜ਼ੋਰ ਅਪੀਲ ਹੈ ਕਿ ਇਹ ਜੋ ਤਖ਼ਤ ਮਹਾਰਾਜ ਹੈ, ਇੱਥੋਂ ਜਦੋਂ ਵੀ ਤੁਹਾਨੂੰ ਕੋਈ ਵੀ ਬੰਦਾ, ਰਾਗੀ, ਢਾਡੀ, ਕਥਾ ਵਾਚਕ, ਉਪਦੇਸ਼ਕ ਕੋਈ ਵੀ ਬਾਤ ਸੁਣਾਵੇ ਤੇ ਸਾਡੇ ਵਿੱਚ ਐਡੀ ਜੁਰਤ, ਐਡੀ ਕਾਬਲੀਅਤ ਹੋਣੀ ਚਾਹੀਦੀ ਕਿ ਉਹਨੂੰ ਅਸੀਂ ਉਸ ਚੀਜ਼ ਦੇ ਬਾਰੇ ਸਵਾਲ ਪੁੱਛੀਏ, ਉਹ ਆਨਸਰ ਕਰ ਸਕੇ, ਉਹ ਤੁਹਾਨੂੰ ਦੱਸ ਸਕੇ ਵੀ ਮੈਂ ਆਹ ਗੱਲ ਜਿਹੜੀ ਇੱਥੋਂ ਕਹੀ ਹੈ ਮਹਾਰਾਜ ਦੀ ਹਜ਼ੂਰੀ 'ਚ, ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਮੈਂ ਕਿਉਂ ਕਹੀ ਹੈ, ਅਤੇ ਆਪ ਜੀ ਨੂੰ ਵੀ ਇੱਥੋਂ ਤੱਕ ਲਿਆ ਕੇ ਮਹਾਰਾਜ ਜੀ ਨੇ ਬਖਸ਼ੀ ਹੋਵੇ ਕਿ ਫਿਰ ਅਸੀਂ ਸੰਵਾਦ ਰੱਖ ਸਕੀਏ ਜਿੱਥੋਂ ਸਾਨੂੰ ਕਾਫ਼ੀ ਕੁਝ ਮਿਲ ਸਕਦਾ ਅਤੇ ਅਸੀਂ ਬਹੁਤ ਕੁਝ ਅੱਗੇ ਆਪਣਾ ਸਵਾ ਸਕਦੇ ਹਾਂ। ਅਸੀਂ ਮੰਨਦੇ ਹਾਂ ਗੁਰੂ ਦਸ਼ਮੇਸ਼ ਮੇਰੇ ਪਿਤਾ ਹਨ, ਉਹਨਾਂ ਦੀ ਅੰਸ਼ ਹੋਣ ਦੇ ਕਾਰਨ ਮੇਰੀ ਨੁਹਾਰ, ਮਤਲਬ ਜਿੱਦਾਂ ਮੇਰਾ ਰੂਪ ਲੱਗਦਾ ਹੈ, ਮੇਰੀ ਨੁਹਾਰ, ਰਫਤਾਰ, ਮਤਲਬ ਮੇਰੀ ਜ਼ਿੰਦਗੀ ਦੀ ਚਾਲ, ਮੈਂ ਜ਼ਿੰਦਗੀ 'ਚ ਕੀ ਕਰਦਾ, ਗੁਫਤਾਰ ਮੇਰਾ ਬੋਲ ਚਾਲ, ਕਿਰਦਾਰ ਮੇਰਾ ਕਰੈਕਟਰ, ਇਹ 4 ਚੀਜ਼ਾਂ ਬੰਦੇ ਦੀ ਪਛਾਣ ਹੁੰਦੀਆਂ ਨੇ, ਨੁਹਾਰ, ਰਫਤਾਰ, ਗੁਫਤਾਰ, ਕਿਰਦਾਰ, ਇਹ ਮੇਰੇ ਪਿਤਾ ਦੇ ਅਨੁਕੂਲ ਹਨ ਜਾਂ ਨਹੀਂ, ਜੇ ਹਨ ਮੁਬਾਰਕ ਹੈ, ਜੇ ਨਹੀਂ ਫਿਰ ਮੈਂ ਸਿੱਖ ਕਿਵੇਂ ਹੋ ਸਕਦਾ, ਆਪਣੇ ਆਪ ਵਿੱਚ ਸਿੱਖੀ ਦੇ ਦਰਸ਼ਨ ਮੈਨੂੰ ਹੁੰਦੇ ਹਨ ਜਾਂ ਨਹੀਂ, ਕਿਉਂਕਿ ਸਤਿਗੁਰ ਨੇ ਹੁਕਮ ਕੀਤਾ ਸੀ ਜਦੋਂ ਤੂੰ ਆਪਣੇ ਆਪ ਦੇ ਸੀਸ ਦੇ ਉੱਤੇ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਅਤੇ ਬੀਬੀ ਤੂੰ ਹੀ ਸਾਰੇ ਮੇਰੇ ਬਖਸ਼ੇ ਹੋਏ ਇਹ ਗਿਫਟ ਜੋ ਤੈਨੂੰ ਬਖਸ਼ਣ ਪ੍ਰਕਾਰ ਇਹ ਪਾ ਕੇ ਤੂੰ ਆਪਣੇ ਦਰਸ਼ਨ ਜਦੋਂ ਖੁਦ ਕਰੇਗਾ, ਸਮਝ ਲਈ ਮੈਂ ਤੇਰੇ ਵਿੱਚੋਂ ਪ੍ਰਗਟ ਹੋ ਗਿਆ ਕਿ ਮੈਨੂੰ ਸਤਿਗੁਰ ਜੀ ਸਿੱਖ ਸਮਝਣਗੇ ਕਿ ਨਹੀਂ। ਦੂਸਰਾ ਸਵਾਲ, ਸਾਹਿਬਜ਼ਾਦੇ ਜਦੋਂ ਵਾਰੇ ਸਨ ਸਤਿਗੁਰ ਨੇ ਤਾਂ ਕਿਸੇ ਨੇ ਕਹਿ ਦਿੱਤਾ ਸਤਿਗੁਰ ਜੀ ਤੁਸੀਂ ਕੈਸੇ ਗੁਰੂ ਹੋ, ਤੁਸੀਂ ਤਾਂ ਸਾਰੇ ਆਪਣੇ ਬੱਚੇ ਵਾਰ ਦਿੱਤੇ, ਹੁਣ ਇਹ ਕੀ ਬਣੇਗਾ? ਅਤੇ ਸਤਿਗੁਰ ਜੀ ਦਾ ਜਵਾਬ ਆਪ ਜੀ ਨੂੰ ਪਤਾ ਹੈ, ਆਪ ਜੀ ਨੇ ਕਰੋੜਾਂ ਹਜ਼ਾਰਾਂ ਵਾਰ ਸੁਣਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਹੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਮੇਰੇ ਸਿੱਖਾਂ ਮੈਂ ਤੇਰੇ ਪੁੱਤਰਾਂ ਚੋਂ ਅਜੀਬ ਤੇ ਜੁਝਾਰ ਦੇਖਾਂਗਾ, ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਮੈਂ ਜਦੋਂ ਤੇਰੇ ਬੱਚੇ ਦੀ ਬਰਾਤ ਚੜ੍ਹੇਗੀ ਮੈਂ ਸਮਝਾਂਗਾ ਅਜੀਤ ਦੀ ਬਰਾਤ ਚੜ੍ਹ ਰਹੀ ਹੈ, ਜੁਝਾਰ ਦੀ ਬਰਾਤ ਚੜ੍ਹ ਰਹੀ ਹੈ। ਮੈਂ ਆਪਣੇ ਬੱਚਿਆਂ ਤੋਂ ਪੁੱਛਾਂ, ਆਪਣੇ ਆਪ ਤੋਂ ਪੁੱਛਾਂ ਕਿ ਅਸੀਂ ਅਜੀਤ ਜੁਝਾਰ ਪੈਦਾ ਕੀਤੇ ਹਨ? ਜੇ ਨਹੀਂ ਕੀਤੇ
ਕਿਉਂ ਨਹੀਂ ਕੀਤੇ? ਜੇ ਅਜੇ ਮੇਰੀ ਗੋਦ 'ਚ ਖੇਡ ਰਹੇ ਹਨ, ਕੀ ਮੈਂ ਤਿਆਰ ਹਾਂ ਅਜੀਬ ਦੇ ਜੁਜ਼ਾਰ ਬਣਾਉਣ ਲਈ? ਕਿਉਂਕਿ ਸਤਿਗੁਰ ਨੇ ਮੈਨੂੰ ਪੁੱਛਣਾ, ਜੇ ਮੈਂ ਉਹਨਾਂ ਨੂੰ ਆਪਣਾ ਪਿਤਾ ਕਹਿੰਦਾ ਹਾਂ ਫਿਰ ਉਹ ਮੈਨੂੰ ਜ਼ਰੂਰ ਪੁੱਛਣ, ਫਿਰ ਅਜੀਬ ਜੁਜ਼ਾਰ ਮੇਰੇ ਬੱਚੇ ਹੋਏ ਨਾ, ਮੇਰੇ ਪੁੱਤਰ ਹੋਏ ਨਾ, ਮੇਰੇ ਵੀਰ ਹੋਏ ਨਾ, ਫਿਰ ਉਹ ਵੀਰ ਮੇਰੇ ਬੱਚਿਆਂ ਦੇ ਨਾਲ ਮੇਲ ਨਹੀਂ ਖਾਂਦੇ ਤਾਂ ਵੀਰ ਕਿੰਨਾ? ਤੀਸਰਾ ਸਵਾਲ, ਮੇਰੇ ਜ਼ਮੀਰ ਮੀਨਸ ਕੌਨਸ਼ੀਅਸ, ਕਿਰਦਾਰ ਮੀਨਸ ਕਰੈਕਟਰ ਅਤੇ ਵਰਤੋਂ ਵਿਹਾਰ ਵਿੱਚ ਸਿੱਖੀ ਦੀ ਖੁਸ਼ਬੂ ਅਤੇ ਚਮਕ ਹੈ ਜਾਂ ਨਹੀਂ? ਸਿਰਫ ਮਾਫ਼ ਕਰਨਾ ਵੱਡੇ ਵੱਡੇ ਗੁਰਦੁਆਰੇ ਬਣਾਉਣ ਨਾਲ, ਸਿਰਾਂ 'ਤੇ ਪੱਗਾਂ ਬੰਨ੍ਹਣ ਨਾਲ, ਦਾੜੀ ਕੇਸ ਰੱਖਣ ਨਾਲ, ਇਹ ਜ਼ਰੂਰੀ? ਇਹ ਨਰਸਰੀ ਕਲਾਸ ਹੈ, ਪਹਿਲੀ ਜਮਾਤ ਹੈ, ਇਹ ਜ਼ਰੂਰੀ ਹੈ? ਪਰ ਇੱਥੇ ਟਿਕ ਜਾਣਾ ਬਹੁਤ ਵੱਡੀ ਗਲਤੀ ਹੈ ਕਿ ਮੇਰੇ ਕਿਰਦਾਰ 'ਚੋਂ, ਮੇਰੇ ਕੰਮਾਂ 'ਚੋਂ ਸਿੱਖੀ ਦੀ ਖੁਸ਼ਬੂ ਆ ਰਹੀ ਹੈ ਜਾਂ ਨਹੀਂ? ਜਿਹੜੇ ਲੋਕਾਂ ਨੇ ਕਦੇ ਸਿੱਖੀ ਦੇ ਬਾਰੇ ਨਹੀਂ ਸੁਣਿਆ ਉਹ ਮੈਨੂੰ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਵੀਰ ਲੈ ਕੇ ਆਪਣੇ ਨਾਲ ਤੁਰਨਾ ਹੈ, ਕੋਈ ਗੋਰਾ, ਕੋਈ ਕਾਲਾ, ਕੋਈ ਪੀਲਾ, ਕੋਈ ਚੀਨਾ, ਕੋਈ ਜੋ ਮਰਜ਼ੀ ਹੋਵੇ, ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਰਾਖਜ਼ੀ ਇਮਾਮ ਸਾਹਿਬ ਦੀ, ਜਿਹੜੇ ਮਰਜ਼ੀ ਹੋਣ ਮਾਨਸ ਕੀ ਜਾ ਸਕਦੇ, ਪਰ ਪਹਿਚਾਣਿਆ ਹੈ ਮੈਂ ਕਿ ਮੈਂ ਵਖਰੇਵੇਂ ਪਾਏ ਹਨ। ਮੇਰੀ ਤਰਜੀਹ ਸਭ ਤੋਂ ਜ਼ਿਆਦਾ ਕਿਸ ਚੀਜ਼ ਲਈ ਹੈ? ਸਿੱਖੀ ਖਾਲਸਾ ਪੰਥ ਕਿਤੇ ਆਉਂਦਾ ਹੈ ਜਾਂ ਨਹੀਂ? ਜੇ ਆਉਂਦਾ ਤਾਂ ਮੈਂ ਕਿਹੋ ਜਿਹੀਆਂ ਸੇਵਾਵਾਂ ਕਰਦਾ ਹਾਂ? ਸਿਰਫ ਗੁਰਦੁਆਰੇ ਬਣਾ ਲੈਣੇ, ਕੰਧਾਂ ਉਸਾਰ ਲੈਣੀਆਂ, ਲੰਗਰ ਨੂੰ ਸਾਡੇ ਬਹੁਤ ਵੱਧ ਸਮੰਨੇ ਨੇ, 5-star ਹੋਟਲਾਂ ਵਿੱਚ ਹਾਂ, ਠੀਕ ਹੈ ਬਣਾਈਏ ਆਪਾਂ, ਪਰ ਸ਼ਬਦ ਲੰਗਰ ਸਾਡਾ ਕਿਹੋ ਜਿਹਾ? ਸਿਰਫ ਅਸੀਂ ਇੱਥੇ ਰਾਗ ਧੁਨ ਜਾਂ ਤਬਲੇ ਵਾਜੇ ਸੁਣ ਕੇ ਤਾਂ ਨਹੀਂ ਘਰ ਨੂੰ ਚਲੇ ਜਾਂਦੇ? ਸਾਨੂੰ ਯਾਦ ਹੋਣਾ ਚਾਹੀਦਾ ਮੈਂ ਕਿਹੜਾ ਸ਼ਬਦ ਸੁਣਿਆ ਤੇ ਉਹਦੇ 'ਚ ਕਿਹੜਾ ਮੈਸੇਜ ਸੀ। ਇਹ ਜੇਕਰ ਮੈਨੂੰ ਬਾਹਰ ਗੁਰਦੁਆਰੇ ਤੋਂ ਨਹੀਂ ਪਤਾ, ਦੈਟ ਮੀਨਸ ਆਈ ਡਿਡਨਟ ਈਵਨ ਹੀਅਰ ਐਨੀਥਿੰਗ ਹੀਅਰ। ਆਈ ਵਾਸ ਜਸਟ ਲਾਈਕ ਫਾਈਨ, ਆਈ ਵਾਸ ਇੰਜੋਇੰਗ ਆਲ ਦਿਸ ਟਿਊਨਸ, ਬਟ ਆਈ ਡੋਨਟ ਨੋ ਵਟ ਮਾਈ ਗੁਰੂ ਜੀ ਸੈਡ, ਬਿਕੋਜ਼ ਉਹਨਾਂ ਕਿਹਾ ਨਾ ਭੀਜੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ, ਪੜਿਆ ਨਾ ਆਸਾ ਕੀ ਬਾਤ ਰੋਜ਼ ਪੜ੍ਹਦੇ, ਉਹ ਨਹੀਂ ਭਿਜਦਾ ਇਕੱਲੇ ਰਾਗਾਂ ਨਾਦਾਂ ਦਾ, ਪਰ ਸਾਨੂੰ ਉਹ ਵੀ ਜ਼ਰੂਰੀ ਹੈ, ਪਰ ਸਾਨੂੰ ਗੁਰਬਾਣੀ ਜ਼ਰੂਰ ਯਾਦ ਹੋਵੇ। ਅਗਲਾ ਸਵਾਲ, ਇਹ ਜਿਹੜੀ ਚੀਜ਼ ਹੈ, ਜਦੋਂ ਮੈਨੂੰ ਸਿੱਖੀ ਬਾਰੇ, ਖਾਲਸਾ ਪੰਥ ਬਾਰੇ, ਤਵਾਰੀਖ ਗੁਰੂ ਖਾਲਸਾ ਬਾਰੇ, ਗੁਰਬਾਣੀ ਦੇ ਸ਼ਬਦਾਂ ਬਾਰੇ ਕੋਈ ਸਵਾਲ ਪੁੱਛੇ ਤਾਂ ਮੈਂ ਦੱਸਣ ਯੋਗ ਹਾਂ ਕਿ ਨਹੀਂ? ਮੇਰੀ ਸੇਵਾ ਇਸ ਪਾਸੇ ਵਿੱਚ ਕਿੰਨੀ ਹੁੰਦੀ ਹੈ? ਅਸੀਂ ਕਹਿੰਦੇ ਹਾਂ ਜੀ ਇੱਥੇ ਆ ਕੇ ਮੈਂ ਸਾਰੇ ਕੰਮ ਸਿੱਖ ਲਏ, ਮੈਂ ਇੰਗਲਿਸ਼ ਸਿੱਖੀ, ਮੈਂ ਨੌਕਰੀਆਂ ਲਈਆਂ, ਮੈਂ ਡਾਕਟਰ ਬਣਿਆ, ਮੈਂ ਇੰਜੀਨੀਅਰ ਬਣਿਆ, ਮੈਂ ਟੀਚਰ ਬਣੀ, ਮੈਂ ਸਭ ਕੁਝ ਬਣਿਆ, ਗੁਰਬਾਣੀ ਸਿੱਖਣੀ ਕੋਈ ਇੰਨੀ ਔਖੀ ਤਾਂ ਨਹੀਂ? ਸ਼ਬਦ ਸਿੱਖਣੇ ਵੀ ਔਖੇ ਨਹੀਂ ਹੈ, ਪਰ ਜੇ ਮੈਂ ਪਹਿਲੇ ਦਿਨ ਤੋਂ ਕਦੇ ਸੁਣੇ ਹੀ ਨਹੀਂ, ਮੇਰੇ ਲਈ ਉਹ ਫਰੈਂਚ ਜਾਂ ਜਰਮਨ ਜਾਂ ਸੰਸਕ੍ਰਿਤ ਵਰਗੇ ਨੇ, ਤਾਂ ਮੈਨੂੰ ਕਿੱਥੋਂ ਪਤਾ ਲੱਗੇਗਾ? ਇਫ ਆਈ ਐਮ ਨੋਟ ਫੈਮਿਲੀਅਰ ਆਈ ਕੈਨ ਨੈਵਰ ਅੰਡਰਸਟੈਂਡ। ਮੇਰੀ ਸੁਰਤ ਦਾ, ਮੇਰੇ ਦਿਮਾਗ ਦਾ, ਮੇਰੀ ਮੈਮਰੀ ਦਾ ਹਿੱਸਾ ਗੁਰਬਾਣੀ ਬਣੇਗੀ ਤੇ ਬਾਹਰ ਨਿਕਲੇਗੀ? ਕਿਉਂਕਿ ਆਈ ਐਮ ਅ ਟੀਚਰ, ਆਈ ਨੋ ਕਿ ਜੇ ਬੱਚੇ ਨੂੰ ਇਹਨਾਂ ਜਦੋਂ ਅਸੀਂ ਪੜ੍ਹਾਉਂਦੇ ਹਾਂ, ਲਿਸਨਿੰਗ ਕੰਪਰੀਹੈਂਸ਼ਨ ਇੰਨੀ ਹੋਵੇ ਤਾਂ ਫਿਰ ਉਹਦੀ ਜਿਹੜੀ ਵੋਕਲ ਜਿਹੜੀ ਉਹਦੀ ਕਨਵਰਸੇਸ਼ਨ ਹੈ ਉਹ ਇੰਨੀ ਜ਼ਰੂਰੀ। ਇਸ ਤਰ੍ਹਾਂ ਸਾਡੀ ਜਿਹੜੀ ਮੈਮਰੀ ਹੈ ਵਿੱਚ ਬਹੁਤ ਸਾਰੀ ਗੁਰਬਾਣੀ, ਬਹੁਤ ਸਾਰੀ ਹਿਸਟਰੀ, ਬਹੁਤ ਸਾਰੀ ਤਵਾਰੀਖ ਗੁਰੂ ਖਾਲਸਾ ਭਰੀ ਹੋਏਗੀ, ਅਸੀਂ ਜਵਾਬ ਦੇਣਗੇ। ਪਰ ਕਹਿੰਦੇ ਕਿ ਭਾਈ ਜੀ ਨੂੰ ਪਤਾ ਹੋਣਾ, ਹੁਣ ਮੈਨੂੰ ਤਾਂ ਐਡਾ ਟਾਈਮ ਤਾਂ ਹੈ ਨਹੀਂ ਜੀ, ਐਡੀ ਗੁਰਬਾਣੀ ਅਸੀਂ ਪੜ੍ਹੀਏ, ਬੜੀ ਔਖੀ ਹੈ, ਉਹਨਾਂ ਜ਼ਮਾਨਿਆਂ ਦੀ ਬੋਲੀ ਹੈ। ਨਹੀਂ ਸਿੱਖਾ, ਨਹੀਂ, ਇਹ ਬੋਲੀ ਤੈਨੂੰ ਗੁਰੂ ਨੇ ਬੋਲ ਚਾਲ ਦੀ ਬੋਲੀ ਦਿੱਤੀ ਹੈ,
ਜਿਹੜੀ ਪੰਡਿਤ ਨੇ ਰਾਖਵੀ ਰੱਖੀ ਸੀ ਦੇਵ ਭਾਸ਼ਾ ਸੰਸਕ੍ਰਿਤ ਕਰਕੇ ਆਪਣੇ ਢਿੱਡ ਚ ਲੈ ਕੇ ਮਰ ਜਾਂਦਾ ਸੀ, ਆਪਣੇ ਬੱਚਿਆਂ ਨੂੰ ਵੀ 10 ਤਰੀਕਿਆਂ ਦੀ ਪੜ੍ਹਾਉਂਦਾ ਸੀ। ਮੇਰੇ ਗੁਰੂ ਨੇ ਤੇਰੇ ਨਾਲ ਕਦੀ ਧਰੋਹ ਨਹੀਂ ਗੁਮਾਇਆ। ਉਹਦੇ ਕਹਿੰਦੇ ਨੇ ਜਿਨ ਮੁਖ ਹੋਰ ਮਨ ਹੋਰ ਸਿੱਖਾਂ ਦੇ ਕੱਚਿਆ, ਉਹਦੇ ਕਹਿੰਦੇ ਵਿਸ਼ਵਾਸ ਨਾ ਕਰੀ, ਜਿਹਦੇ ਢਿੱਡ ਚ ਕੁਝ ਹੋਰ ਹੋਵੇ ਤੇ ਮਨ ਚ ਕੁਝ ਹੋਰ ਹੋਵੇ, ਸੋ ਵੀ ਕੈਨ ਨਾਟ ਫੋਰਗੈਟ ਦੈਟ। ਆ ਸਭ ਤੋਂ ਜ਼ਿਆਦਾ ਮੇਰੇ ਸਾਹਿਬ ਸਾਡੇ ਸਾਹਮਣੇ ਬੈਠੇ ਨੇ, ਹਰ ਵਕਤ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਦੇ ਲੜ ਲਾਇਆ, ਕਿਉਂਕਿ ਉਦੋਂ ਤੱਕ ਸਿੱਖ ਮੁਕੰਮਲ ਹੋ ਚੁੱਕਿਆ ਸੀ, ਜਿਹੜਾ ਸ਼ਬਦ ਨੂੰ ਸਮਝਣ ਜੋਗਾ ਹੋ ਗਿਆ। ਦੈਟਸ ਵਾਟ ਉਹਨੇ ਕਰਾਮਾਤਾਂ, ਅਥਾਹ ਕਰਾਮਾਤਾਂ ਵਿੱਚੋਂ ਇੱਕ ਇਹ ਕਰਾਮਾਤ ਹੈ। ਫਿਰ ਅਗਲਾ ਸਵਾਲ ਮੇਰਾ ਹੈ, ਸਭ ਤੋਂ ਜ਼ਿਆਦਾ ਪਿਆਰ ਮੇਰਾ ਕਿਸ ਚੀਜ਼ ਨਾਲ ਹੈ, ਮੇਰਾ ਮਨ ਹਮੇਸ਼ਾ ਕਿਸ ਚੀਜ਼ ਬਾਰੇ ਸੋਚਦਾ ਹੈ। ਇਹ ਨਿਤਨੇਮ ਜਿਹੜਾ ਦਿੱਤਾ ਸੀ ਨਾ, ਇਹ ਸਵੇਰੇ ਇਸ ਕਰਕੇ ਦਿੱਤਾ ਸੀ ਕਿ ਮਾਈਂਡ ਫਰੈਸ਼ ਹੁੰਦਾ ਮੇਰੇ ਸਿੱਖਾ, ਤੂੰ ਪੜ੍ਹ ਤੇ ਸੋਚ ਮੈਂ ਕੀ ਪੜ੍ਹ ਰਿਹਾ ਹਾਂ। ਜਿਵੇਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪੜ੍ਹਿਆ ਕਿ ਮੈਂ ਨਿਰਵੈਰ ਹੋਇਆ ਕਿ ਨਹੀਂ। ਇਹ ਰੱਬ ਦੇ ਗੁਣ ਨੇ ਤੇ ਅਸੀਂ ਰੱਬ ਦੇ ਅੰਸ਼ ਹੋਏ ਨਾ, ਜੇ ਅਸੀਂ ਰੱਬ ਦੇ ਅੰਸ਼ ਹੋਏ ਤੇ ਸਾਡਾ ਪਿਓ ਨਾਲ ਕੁਛ ਤਾਂ ਮਿਲਣਾ ਚਾਹੀਦਾ। ਜੇ ਕੁਛ ਵੀ ਨਹੀਂ ਮਿਲਿਆ ਤੇ ਅੰਸ਼ ਕਿੱਦਾਂ ਹੋ ਜਾਵਾਂਗੇ ਅਸੀਂ? ਜੇ ਮੈਂ ਨਿਰਭਉ ਨਹੀਂ ਨਿਰਵੈਰ ਨਹੀਂ, ਜੇ ਮੈਂ ਇੱਕ ਓਂਕਾਰ ਤੋਂ ਮਤਲਬ ਇੱਕ ਸਾਰ ਮੈਂ ਇੱਕ ਪਰਮਾਤਮਾ ਨੂੰ ਮੰਨਣਾ, ਮੇਰੇ ਸਾਹਮਣੇ 33 ਕਰੋੜ ਦੇਵੀ ਦੇਵਤੇ ਹੋਣ ਜਾਂ ਮਹਿਸ਼ਤਾਂ ਦੇ ਫਰਿਸ਼ਤੇ ਹੋਣ ਜਾਂ 100 ਪੰਡਿਤੀਆਂ ਕਰਮ ਯੋਗੀ ਹੋਣ, ਦੈਟਸ ਫਾਈਨ, ਉਹ ਦੀ ਖਲਕਤ ਨੇ। ਮੇਰਾ ਦਰ ਇਹ ਹੈ ਤੇ ਮੈਂ ਇਸ ਦਰ ਤੋਂ ਸਿੱਧੇ ਨਹੀਂ ਜਾਣਾ, ਤੇ ਮੈਂ ਇੱਕ ਸਾਰ ਇੱਥੇ ਹੋਣਾ, ਇਹ ਹੈ ਇੱਕ ਸੁਰਤ ਰਹਿਣਾ, ਤੇ ਦੈਟਸ ਵਾਟ ਵੀ ਹੈਵ ਟੂ ਡੂ। ਅਗਲੀ ਚੀਜ਼ ਜਿਹੜੀ ਹੈ ਉਹ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਮੇਰੀਆਂ ਸੇਵਾਵਾਂ ਕੀ ਹਨ, ਕੀ ਹੈ ਮੇਰੀ ਸੇਵਾ ਤੇ ਉਹਦੀ ਕਿੰਨਾ ਕੁ ਫਾਇਦਾ ਮੇਰੇ ਪੰਥ ਨੂੰ ਹੋ ਰਿਹਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਮੇਰੀਆਂ ਸੇਵਾਵਾਂ ਕੀ ਹੈ, ਕੀ ਇਹ ਸਿੱਖੀ ਦੇ ਬਾਰੇ ਸੋਚ ਕੇ ਉਮਾ ਉਤਸ਼ਾਹ ਵਿੱਚ ਮੇਰਾ ਮਨ ਆਉਂਦਾ ਹੈ ਜਾਂ ਨਹੀਂ, ਕਿਸ ਤਰ੍ਹਾਂ ਦਾ ਉਤਸ਼ਾਹ ਮੇਰੇ ਦਿਲ 'ਚ ਆਉਂਦਾ ਹੈ? ਸਿਰਫ ਲੰਗਰ ਕਈ ਪ੍ਰਕਾਰ ਦੇ ਵੱਡੇ ਗੁਰਦੁਆਰਿਆਂ ਲਈ, ਮਹਿੰਗੇ ਰੁਮਾਲਿਆਂ ਲਈ ਸਾਡੀ ਹਮੇਸ਼ਾ ਲਈ ਚੜ੍ਹਦੀ ਕਲਾ ਹੋ ਸਕਦੀ ਹੈ? ਤੁਹਾਨੂੰ ਪਤਾ ਕਿ ਅੱਜ ਅਮਰੀਕਾ ਦੇ ਬਹੁਤ ਸਾਰੇ ਚਰਚ ਵਿੱਚ ਗਏ ਨੇ, ਅੱਜ ਸਾਡੇ ਗੁਰਦੁਆਰੇ ਵੀ ਜਿਸ ਤਰ੍ਹਾਂ ਭਰੇ ਹੋਣੇ ਚਾਹੀਦੇ ਸੀ ਉਹਨੇ ਭਰੇ ਹੋਏ ਹੁਣ ਨਹੀਂ ਹੈ, ਕਿਉਂਕਿ ਸਾਰੀ ਸੰਗਤ ਨੂੰ ਚਾਹੀਦਾ ਕਿ ਮੈਨੂੰ ਕੈਸਾ ਮੈਸੇਜ ਮਿਲ ਰਿਹਾ। ਜੇ ਦਿਲਾਂ ਨੂੰ ਡੁੱਬ ਨਹੀਂ ਰਿਹਾ ਮੈਸੇਜ, ਇਟ ਵਿਲ ਬੀ ਅ ਰਿਚੁਅਲ, ਮਾਫ ਕਰਨਾ, ਅਸੀਂ ਰਿਚੁਅਲਿਸਟਿਕ ਨਹੀਂ। ਸਾਨੂੰ ਕਰਮ ਕਾਂਡਾਂ ਤੋਂ ਸਤਿਗੁਰ ਨੇ ਹਮੇਸ਼ਾ ਹੀ ਵਰਜਿਆ, ਜੇ ਸਿਰਫ ਅਸੀਂ ਅੱਜ ਅਖੰਡ ਪਾਠਾਂ ਦੇ ਸਿੱਖ ਰਹਿ ਗਏ ਹਾਂ, ਜੇ ਸਿਰਫ ਅੱਜ ਕੀਰਤਨਾਂ ਦੇ ਸਿੱਖ ਰਹਿ ਗਏ ਹਾਂ, ਫਿਰ ਅਸੀਂ ਸਿਰਫ ਕਰਮ ਕਾਂਡੀ ਹੀ ਰਹਿ ਗਏ ਹਾਂ। ਵੀ ਹੈਵ ਟੂ ਅੰਡਰਸਟੈਂਡ ਕਿ ਅਸੀਂ ਸੈਲਫ ਅਨੈਲਿਸਿਸ ਕਰਕੇ ਨਵੇਂ ਮਕਸਦ ਨਵੇਂ ਲੈਸਨ ਲੈ ਕੇ ਇੱਥੋਂ ਜਾਣਾ ਹੈ। ਅਗਲਾ ਸਵਾਲ ਕਿ ਮੇਰੇ ਇਰਾਦੇ ਸਿੱਖੀ ਲਈ ਸਮਰਪਣ ਦੇ ਇਰਾਦੇ ਹਨ, ਚੱਟਾਨ ਵਰਗੇ ਹਨ, ਜਾਂ ਕੋਈ ਜਰਾ ਜੀ ਗੱਲ ਕਰੇ ਤਾਂ ਮੈਂ ਘਬਰਾ ਜਾਂਦਾ, ਜਾਂ ਮੈਨੂੰ ਕੋਈ ਬਦਲਾਉਣ ਦੀ ਕੋਸ਼ਿਸ਼ ਕਰੇ ਤਾਂ ਮੈਂ ਬਦਲਾਵੇ? ਉਹ ਕਹਿੰਦੇ ਨਹੀਂ ਨਹੀਂ ਜੀ, ਬਾਬਾ ਜੀ ਤਾਂ ਠੀਕ ਨੇ, ਬੀਬੀ ਹੁਣ ਪੁੱਤ ਦਾ ਤੇਰਾ ਹੁੰਦਾ ਨਹੀਂ, ਹੁਣ ਆਹ ਜਿਹੜੇ ਬੈਠੇ ਨੇ ਇਹਨਾਂ ਨੇ 10 ਅਖੰਡ ਪਾਠ ਕਰਨੇ, ਪੁੱਤ ਹੋਪੂ ਤੇਰਾ, ਇੱਥੇ 10 ਮੱਸੇ ਆ ਗਿਆ ਤੇਰਾ ਪੁੱਤ ਹੋਪੂਗਾ, ਸੁਣ ਤੂੰ ਪੁੱਤ ਚਾਹੀਦਾ ਹੈ ਗੁਰੂ ਤੋਂ ਜ਼ਰੂਰੀ ਸਾਡਾ ਪੁੱਤ, ਮੈਂ ਨਹੀਂ ਕਹਿੰਦੀ ਨਾ ਮੰਗੋ, ਅਸੀਂ ਤੇਰੇ ਕੋਲ ਮੰਗਣਾ ਸਾਰਾ ਕੁਛ, ਸਾਜਨੋ ਤੂੰ ਮੀਤ ਮੇਰਾ ਘਰ ਤੇਰੇ ਸਭ ਗੇ, ਮਾਣ ਮੰਗੂ ਤਾਣ ਮੰਗੂ ਧਨ ਲਖਮੀ ਸੁੱਤ ਦੇ, ਸਭ ਕੁਛ ਮੰਗਣਾ, ਇਹ ਹੈ ਨਾ ਬਾਪ, ਚਿਤਾਨ ਵਰਗਾ ਹੈ, ਜੇ ਹੈ ਤੂੰ ਦੇਣਾ, ਨਹੀਂ ਹੈ ਉਹਦੇ ਚ ਵੀ ਤੇਰੀ ਭਲਾਈ ਹੈ। ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਖਾਲਸਾ ਸਭ ਦੇ ਨਾਲ ਪਿਆਰ ਨਾਲ ਭਰਿਆ ਹੋਇਆ ਸਭ ਦੇ ਲਈ, ਅਸੀਂ ਹੁਣੇ ਸੁਣਿਆ ਜੋ ਮੇਰੇ ਵਰਗੇ ਨਹੀਂ, ਕੁਝ ਬੁਰੀਆਂ ਆਦਤਾਂ ਵਿੱਚ ਗ੍ਰਸਤ ਨੇ, ਕੋਈ ਸ਼ਰਾਬਾਂ ਪੀਂਦੇ ਨੇ,
ਕੋਈ ਕੇਸਾਂ ਨੂੰ ਕਤਲ ਕਰਦੇ ਨੇ, ਕਿ ਮੈਂ ਉਹਨਾਂ ਦੀ ਮਦਦ ਲਈ ਕੋਈ ਹੱਥ ਵਧਾਉਣਾ, ਕਿ ਮੈਂ ਉਹਨਾਂ ਨੂੰ ਪਿਆਰ ਦੀ ਗਲਵਕੜੀ ਵਿੱਚ ਲੈਣਾ। ਨਾਨਕ ਤਾਂ ਲੈਂਦੇ ਸੀ, ਗੁਰੂ ਗੋਬਿੰਦ ਵੀ ਲੈਂਦੇ ਸੀ। ਕਦੇ ਵੀ ਉਹਨਾਂ ਨੇ ਸਾਈਂ ਸਿੱਖ ਨਿਸ਼ਾਨ ਹੁਣੇ ਤੋਂ ਸੁਣ ਕੇ ਅੱਗੇ ਕਦੇ ਨਹੀਂ ਕਿਹਾ ਮੇਰਾ ਸਿੱਖ ਬਣ ਤਾਂ ਤੈਨੂੰ ਪਿਆਰ ਕਰੋ, ਕਿ ਉਹਨਾਂ ਨੇ ਨਬੀ ਖਾਨ ਗੁਲੀ ਖਾਨ ਨੂੰ ਕਿਹਾ ਤੁਸੀਂ ਸਿੱਖ ਬਣੋ। ਉਹ ਏਡੇ ਮਤਵਾਲੇ ਸਨ, ਉਹ ਏਡੇ ਮਸਤ ਸਨ, ਸਤਿਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਬਿਨਾਂ ਜੀ ਨਹੀਂ ਸਕਦੇ, ਗੁਲਾਬੇ ਨੇ ਘਰੋਂ ਕੱਢਿਆ ਸੀ ਸਾਨੂੰ, ਸੀ ਨਾ ਗੁਰੂ ਦਰਬਾਰ ਦਾ ਖਾਂਦਾ ਸੀ, ਹਵੇਲੀਆਂ ਬਣਾਈਆਂ, ਬਾਗ ਬਣਾਏ। ਜਦੋਂ ਗੁਰੂ ਨੂੰ ਭੀੜ ਪਈ, ਪਿੱਛੇ 10 ਲੱਖ ਦੀ ਫੌਜ ਲੱਗੀ, ਗੁਲਾਬੇ ਨੇ ਆਪਣੇ ਚੁਬਾਰੇ ਬੰਦ ਕਰ ਲਏ, ਬੰਦਾ ਲੈ ਗਿਆ ਸੀ, ਤੇ ਕਹਿੰਦਾ ਗੁਰੂ ਜੀ ਤੁਸੀਂ ਇੱਥੇ ਡੇਰੇ ਲਾ ਲਏ, ਇਹਨਾਂ ਦੇ ਮੇਰਾ ਸਭ ਕੁਛ ਲੁੱਟ ਕੇ, ਤੇ ਤੈਨੂੰ ਗੁਲਾਬਿਆ ਪਹਿਲਾਂ ਹੀ ਗਿਆ ਸੀ, ਇਹਨਾਂ ਤੇਰਾ ਸਭ ਕੁਛ ਲੁੱਟਣਾ, ਹੁਣ ਮੈਂ ਆ ਗਿਆ, ਤੈਨੂੰ ਤਾਂ ਮਹਿਲ ਬਗੀਚੇ ਚਾਹੀਦੇ ਨੇ, ਤੈਨੂੰ ਗੁਰੂ ਤੇ ਨਹੀਂ ਚਾਹੀਦਾ। ਤੇ ਉਹਨੇ ਕੱਢਿਆ ਸੀ ਨਬੀ ਖਾਨ ਗਨੀ ਖਾਨ ਨੇ ਕਦੀ ਗੁਰੂ ਨੂੰ ਅੱਗੋਂ ਲਵਾਂਡੀ ਲੈਣ ਗਏ ਨੇ, ਛੋਟੀ ਬੱਚੀ ਨੇ ਕਿਹਾ ਅੱਲਾ ਅੱਲਾ ਦੇ ਨੂਰ ਅੱਜ ਘਰ ਆਏ ਨੇ, ਅੱਬਾ ਲੈ ਕੇ ਆਓ ਨਾ। ਅੱਬਾ ਨੇ ਇੱਕ ਮਿੰਟ ਦੇਰ ਨਹੀਂ ਕੀਤੀ, ਪਾਣੀ ਨਹੀਂ ਪੀਤਾ, ਸਾਹਿਬ ਨੂੰ ਉੱਚ ਦਾ ਪੀਰ ਬਣਾਇਆ, ਚੋਲੇ ਲਗਵਾਏ, ਨੀਲੇ ਜੋੜੇ ਮੇਰੇ ਸਾਹਿਬ ਦੇ ਤਨ ਤੋਂ, ਉਸ ਤੋਂ ਬਾਅਦ ਕਦੀ ਨਹੀਂ ਲੱਥੇ। ਮਾਛੀਵਾੜੇ ਜਾਣਾ ਆਪਣੇ ਬੱਚਿਆਂ ਨੂੰ ਲੈ ਕੇ, ਚਮਕੌਰ ਜਾਣਾ, ਸਰਹੰਦ ਜਾਣਾ, ਮਾਛੀਵਾੜੇ ਜਾਣਾ, ਨਬੀ ਖਾਨ ਗਨੀ ਖਾਨ ਦੀ ਮਜ਼ਾਰ ਤੇ ਜਾਣਾ। ਸਾਹਿਬ ਦਾ ਫਰਮਾਨ ਹੈ, ਨਬੀ ਖਾਨ ਗਨੀ ਖਾਨ ਮੇਰੇ ਫਰਜ਼ੰਦ ਹੈ। ਜੋ ਨਬੀ ਖਾਨ ਗਨੀ ਖਾਨ ਦੇ ਵਿੱਚ ਵਿਤਕਰਾ ਕਰੇਗਾ ਉਹ ਮੇਰਾ ਬੱਚਾ ਮੇਰਾ ਸਿੱਖ ਨਹੀਂ। ਨਬੀ ਖਾਨ ਗਨੀ ਖਾਨ ਪੈਦਲ ਮੰਜੀ ਨੂੰ ਸਿਰ ਤੇ ਚੁੱਕ ਕੇ ਛੱਡ ਕੇ ਆਏ ਨੇ ਆਲਮਗੀਰ ਤੱਕ। ਸਿੱਖੋ, ਅਸੀਂ ਉਹਨਾਂ ਤੋਂ ਵੀ ਸਿੱਖੀਏ, ਅਸੀਂ ਅੱਲਾ ਯਾਰ ਖਾਂ ਜੋਗੀ ਤੋਂ ਸਿੱਖੀਏ। ਮੁਸਲਮਾਨਾਂ ਨੇ ਕੱਢਿਆ, ਉਹ ਕਹਿੰਦੇ ਕਾਫਰਾਂ ਦੇ ਬੱਚਿਆਂ ਨੇ ਤੂੰ ਮਸੀਹ ਪੜ੍ਹਨਾ ਹੈ, ਤੈਨੂੰ ਹਸਨ ਹੁਸੈਨ ਭੁੱਲ ਗਏ। ਤੇ ਉਹਨਾਂ ਨੇ ਕਿਹਾ ਮੱਦਾ ਹੁਣਾ ਰੱਖਾ ਸਨਾ ਕਾਹੂ ਤੋਂ ਤੇਰਾ, ਹਿੰਦੂ ਤੋਂ ਤੇਰਾ, ਮੁਸਲਮਾਨ ਤੋਂ ਤੇਰਾ। ਇਹ ਸਾਰਾ ਉਹਨਾਂ ਦੀ ਨਜ਼ਮਾਂ ਪੜ੍ਹ ਕੇ ਦੇਖੋ, ਸ਼ਹੀਦਾਨੇ ਵਫਾ, ਇਹ ਛੋਟੇ ਸਾਹਿਬਜ਼ਾਦਿਆਂ ਦੀ ਹੈ। ਗੰਦੇ ਸ਼ਹੀਦਾਂ ਵੱਡੇ ਸਾਹਿਬਜ਼ਾਦਿਆਂ ਦੀ, ਡਾਕਟਰ ਸੁਖਜੀਤ ਸਿੰਘ ਗੋਬਿੰਦ ਆਪ ਜੀ ਨੂੰ ਕਈਆਂ ਨੇ ਸੁਣਿਆ ਹੋਏਗਾ, ਉਹਨਾਂ ਨੇ ਸਾਡੀ ਸਾਂਝ ਉਹਨਾਂ ਨਾਲ ਲਗਾਈ ਹੈ, ਪੰਜਾਬੀ ਵਿੱਚ ਸਾਰੇ ਟ੍ਰਾਂਸਲੇਸ਼ਨ ਕਰਕੇ ਸਾਨੂੰ ਦਿੱਤੇ ਨੇ। ਸਾਨੂੰ ਮੇਰੀ ਉਹ ਭੈਣੋ, ਮੈਂ ਆਪ ਜੀ ਦਾ ਇੱਕ ਗੱਲ ਕਰਕੇ ਉਸ ਤੋਂ ਬਾਅਦ ਸਮਾਪਤੀ ਹੈ। ਜੇ ਕਿਸੇ ਨੇ ਔਰਤ ਦੀ ਮਾਂ ਫੜੀ ਹੈ ਤੇ ਉਹ ਇਸ ਦਰਬਾਰ ਨੇ ਫੜੀ ਹੈ। ਸੋ ਕਿਉਂ ਬੰਦਾ ਆਖੀਏ ਜਿੱਤ ਜਮੇ ਰਾਜਾਨ, ਭੰਡੋ ਹੀ ਭੰਡ ਉੱਤੇ ਹੁਣ ਇੰਨਾ ਟਾਈਮ ਨਹੀਂ ਮੈਂ ਸਾਰਾ ਕੁਝ ਆਪ ਨਾਲ ਪੜ੍ਹ ਸਕਾਂ। ਔਰਤਾਂ ਦਾ ਜੇ ਕੋਈ ਹੱਕ ਦੇ ਵਿੱਚ ਨਿਤਰਿਆ ਤੇ ਸਿਰਫ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ। ਖਾਲਸਾ ਦਾ ਕੋਈ ਜੈਂਡਰ ਨਹੀਂ ਹੈ, ਇਸ ਕਰਕੇ ਖਾਲਸਾ ਦਾ ਕੋਈ ਰੂਪ ਵੀ ਹੋਰ ਨਹੀਂ ਹੈ। ਪੰਜ ਨਕਾਰੀ ਵਰਦੀ ਹੀ ਮੇਰੀ ਲੁਹਾਰ ਹੈ, ਇਹੀ ਮੇਰਾ ਸ਼ਿੰਗਾਰ ਹੈ, ਇਹੀ ਮੇਰੀ ਰੂਪ ਹੈ, ਇਹੀ ਮੇਰਾ ਕਿਰਦਾਰ ਹੈ। ਜੇ ਮੇਰੇ ਮਹਿਬੂਬ ਦੇ ਗਹਿਣੇ ਮੇਰੇ ਸਰੀਰ ਤੇ ਨਹੀਂ ਤੇ ਮੈਂ ਕੈਸੀ ਉਹਦੀ ਪ੍ਰੇਮ ਦੇ ਵਿੱਚ ਰੱਤੀ ਹੋਈ ਉਹਦੀ ਰੂਹ ਹਾਂ। ਉਹਨੇ ਤੇ ਖਾਲਸਾ ਖਾਲਸੀ ਨਹੀਂ ਕਿਹਾ, ਇਹਨਾਂ ਨੇ ਸਿੰਘ ਸਿੰਘਣੀਆਂ ਤੇ ਬਣਾ ਲਿਆ। ਸਿੰਘਣੀਆਂ ਇਜ਼ ਅ ਰੋਂਗ ਵਰਡ, ਸਿੰਘ ਇਜ਼ ਦ ਰਾਈਟ ਵਰਡ, ਸ਼ੇਰ। ਤੇ ਖਾਲਸਾ ਦਾ ਵੀ ਕੋਈ ਜੈਂਡਰ ਨਹੀਂ, ਰੂਹ ਦਾ ਕੋਈ ਜੈਂਡਰ ਨਹੀਂ ਹੁੰਦਾ, ਤੇ ਸੁਰਤ ਦਾ ਕੋਈ ਜੈਂਡਰ ਨਹੀਂ ਹੁੰਦਾ, ਤੇ ਗੁਰੂ ਦਾ ਕੋਈ ਜੈਂਡਰ ਨਹੀਂ ਹੁੰਦਾ। ਗੁਰੂ ਸ਼ਬਦ ਹੈ, ਸੁਰਤ ਉਹਦਾ ਚੇਲਾ ਹੈ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਸਾਡਾ ਬਿਹੇਵੀਅਰ, ਹਾਊ ਵੀ ਮਾਡਲ ਇਟ, ਕੈਨ ਆਲਵੇਸ, ਇਹ ਸਿੱਖੀ ਦਾ ਫੈਲਾ ਹੈ। ਜੇ ਮੇਰੇ ਬਿਹੇਵੀਅਰ ਚ, ਮੇਰੇ ਐਕਸ਼ਨ ਵਿੱਚ ਸਿੱਖੀ ਨਹੀਂ, ਕਦੀ ਕੋਈ ਬੰਦਾ ਮੇਰੇ ਤੋਂ ਇੰਪ੍ਰੈਸ ਨਹੀਂ ਹੋਏਗਾ। ਸੁਰਤ ਦੀ ਘੜ ਬੁੱਧ
ਅਤੇ ਮਨ ਦੀ ਘੜ ਸਿੱਖੀ ਸਾਂਝੇ ਵਿੱਚ ਢਲ ਕੇ ਹੀ ਸਿੱਖ ਬਣ ਸਕਦੇ ਹਾਂ ਅਤੇ ਗੁਰੂ ਦੇ ਹੁਕਮ ਸੁਣਾ ਕੇ ਇਸ ਜੀਵਨ ਖੇਡ ਦਾ ਆਨੰਦ ਮਾਣਨਾ ਹੈ। ਇਹ ਜੀਵਨ ਦੀ ਖੇਡ ਮਿਲੀ ਹੈ ਸਾਨੂੰ, ਅਸੀਂ ਖੇਡਣੀ ਕਿਵੇਂ ਹੈ ਗੁਰੂ ਸਾਨੂੰ ਇਹ ਸਿਖਾਉਂਦਾ। ਮਰਨਾ ਤਾਂ ਹੈ ਹੀ, 5 ਸਾਲ 10 ਸਾਲ 15 ਸਾਲ ਕੋਈ ਇੱਥੇ ਪੱਕਾ ਤਾਂ ਰਿਹਾ ਨਹੀਂ। ਸਭ ਕੁਝ ਉਸਦਾ ਬਖਸ਼ਿਆ ਹੈ, ਉਸਦੇ ਸ਼ੁਕਰਾਨੇ 'ਚ ਰਹਿ ਕੇ ਦੇਖੋ ਕਿੰਨੀਆਂ ਖੁਸ਼ੀਆਂ ਨੇ। ਜਿੰਨਾ ਸ਼ੁਕਰਾਨੇ 'ਚ ਜਾਵਾਂਗੇ ਓਨਾ ਹੀ ਸਾਡੇ ਪਸਾਰੇ ਸਾਡੀਆਂ ਖੁਸ਼ੀਆਂ ਦਾ ਅੰਬਾਰ ਵੱਧਦਾ ਜਾਏਗਾ। ਕਿਆ ਕਮਾਲ ਹੈ ਸਿੱਖੀ, ਕਿਆ ਬੇਮਿਸਾਲ ਹੈ ਮੇਰੇ ਪਿਤਾ ਗੁਰਦੇਵ, ਕਿਆ ਖੂਬ ਹੈ ਉਸਦਾ ਇਸ਼ਕ ਹਕੀਕੀ ਦਾ ਪੈਗਾਮ। ਮੁਰਦਾ ਹਿੰਦੁਸਤਾਨ, ਗੁਲਾਮ ਹਿੰਦੁਸਤਾਨ, ਤੇ ਕੈਸੀ ਰੂਹ ਫੁਕੀ ਹੈ ਸੈਂਕੜੇ ਸਾਲ ਦੀ ਗੁਲਾਮੀ, ਜੜੋਂ ਕੱਟੀ ਅਣਕ ਇੱਜ਼ਤ ਗੈਰਤ ਭਰੀ ਅਲਬੇਲੀ ਜੀਵਨ ਜਾਚ ਬਖਸ਼ ਕੇ ਸਾਨੂੰ ਉਹਨੇ ਹਮੇਸ਼ਾ ਲਈ ਆਜ਼ਾਦ ਕੀਤਾ। ਪਰ ਖਾਲਸਾ ਪੰਥ ਨੂੰ ਸੁਰਤ ਅਤੇ ਮਨ ਤੋਂ ਅੰਨੇ ਯਾਦ ਨਾਲ ਜ਼ਰਾ ਧਿਆਨ ਨਾਲ ਸੁਣ ਕੇ ਜਾਣਾ ਜੀ। ਸੁਰਤ ਅਤੇ ਮਨ ਤੋਂ ਅੰਨੇ ਕਦੀ ਨਹੀਂ ਪਛਾਣ ਸਕਣਗੇ ਕਿ ਇਹ ਅਣਖੀਲੀ ਕੌਮ, ਜ਼ਾਲਮ ਨੂੰ ਵੰਗਾਰਨ ਵਾਲੀ ਕੌਮ ਇਹ ਕੀ ਹੈ। ਇਹ ਕੌਮ ਦੇ ਦੁਸ਼ਮਣ ਬਣਨਗੇ ਸੁਰਤ ਅਤੇ ਮਨ ਦੇ ਅੰਨੇ। ਬਹਿਰੂਪੀਏ ਬਣ ਕੇ ਇਸਦਾ ਘਾਣ ਕਰਦੇ ਰਹੇ ਹਨ, ਅੱਜ ਵੀ ਕਰਦੇ ਹਨ ਔਰ ਕਰਦੇ ਰਹਿਣਗੇ। ਫਾਂਸੀਆਂ ਦੇ ਰੱਸੇ ਤਿਆਰ ਰੱਖਦੇ ਹਨ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤਿਆਰ ਰੱਖਦੇ ਹਨ। ਪਰ ਯਾਦ ਰੱਖਿਓ, ਕੀ ਯਾਦ ਰੱਖਣਾ ਸੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।